ਅੱਜ ਤੁਹਾਨੂੰ ਦਿਖਾਉਨੇ ਆ ਕਿ ਇੱਕ ਮਾਮੂਲੀ ਜੇ ਨੁਸਖੇ ਦੇ ਨਾਲ ਕਿਵੇਂ ਆਪਾਂ ਚਾਹੇ ਕੀਆ ਹੋਵੇ ਚਾਹੇ ਕੱਦੂ ਹੋਵੇ ਉਸ ਤੋਂ ਵੱਧ ਤੋਂ ਵੱਧ ਪੈਦਾਵਾਰ ਲੈ ਸਕਦੇ ਆ ਆ ਤੁਸੀਂ ਦੇਖ ਰਹੇ ਹੋ ਕਿ ਇੱਕ ਛੋਟੀ ਜਿਹੀ ਵੇਲ ਜਿਹੜੀ ਕਿ ਮੈਂ ਘਰ ਦੇ ਵਿੱਚ ਹੀ ਇਹ ਇਹ ਇਹਦਾ ਬੀਜ ਇੱਕ ਬੀਜਿਆ ਤਾਂ ਉਸ ਤੋਂ ਇਹ ਅੱਗੇ ਇਹ ਜਿਹੜੀ ਵੇਲ ਵੱਧ ਕੇ ਹੁਣ ਐਡੀ ਵੱਡੀ ਹੋ ਚੁੱਕੀ ਆ ਤੁਸੀਂ ਦੇਖ ਸਕਦੇ ਆ ਕਿ ਇਹ ਵੇਲ ਦੇ ਵਿੱਚ ਇੰਨੀ ਕੁ ਵੱਧ ਪੈਦਾਵਾਰ ਤੁਹਾਨੂੰ ਦੇਖਣ ਨੂੰ ਮਿਲੇਗੀ ਕਿ ਹਰ ਇੱਕ ਟਾਣੀ ਜਿੱਥੋਂ ਜਿੱਥੋਂ ਕਿ ਉਹਦੀ ਇੱਕ ਗੱਠ ਫੁੱਟ ਦੀ ਆ ਉੱਥੇ ਹਰ ਇੱਕ ਗੱਠ ਦੇ ਨਾਲ ਤੁਸੀਂ ਦੇਖ ਸਕਦੇ ਹੋ ਆ ਵਿੱਚ ਕਿਵੇਂ ਇਹਦੇ ਜਿਹੜੀ ਕੀ ਆ ਇਹ ਲੱਗੀ ਹੋਈ ਆ ਤੇ ਬਹੁਤ ਹੀ ਹਰੀ ਭਰੀ ਇਹ ਤੁਹਾਨੂੰ ਨਜ਼ਰ ਆ ਰਹੀ ਆ ਸੋ ਆ ਦੇਖ ਸਕਦੇ ਆ ਕਿ ਆ ਜਿਹੜੀ ਜਗ੍ਹਾ ਜਗ੍ਹਾ ਤੇ ਇਹ ਲੱਗੀ ਪਈ ਆ ਇੱਕ ਬਹੁਤ ਹੀ ਛੋਟਾ ਜਿਹਾ ਨੁਸਖਾ ਹੈ ਬਹੁਤ ਹੀ ਕਾਰਗਰ ਜਿਹੜਾ ਨੁਸਖਾ ਹੈ ਇਹ ਇਹ ਤੁਹਾਨੂੰ ਮੈਂ ਅੱਜ ਦੱਸਾਂਗਾ ਇਹ ਆ ਹੁਣੇ ਤੋੜ ਕੇ ਜਿਹੜੀ ਆ ਕੀ ਆਇਆ ਇਹ ਮੈਂ ਹੁਣ ਟੋਕਰੀ ਦੇ ਵਿੱਚ ਇਸ ਟਾਈਮ ਰੱਖੀਆਂ ਦੇਖੋ ਹਰ ਇੱਕ ਗੱਠ ਦੇ ਉੱਤੇ ਹੈ ਨਾ ਜੀ ਫੁੱਲ ਲੱਗਿਆ ਹੋਇਆ ਤੇ ਉਹਦੇ ਅੱਗੇ ਚੂਹੇ ਜਿਹੜੇ ਆ ਉਹ ਉਹ ਚੱਲ ਰਹੇ ਆ ਸੋ ਜਿਨ ਜਿੰਨਾ ਕਹਿ ਲਓ ਓਨਾ ਹੀ ਵਧੀਆ ਇਹ ਇੱਕ ਜਿਹੜਾ ਇਹ ਨੁਸਖਾ ਆ ਤੇ ਚਲੋ ਗੱਲ ਕਰਦੇ ਆ ਜਗਸੇਵਕ ਟੀਵੀ ਉੱਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸੋ ਇਸ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਤੇ ਸਬਸਕ੍ਰਾਈਬਰ ਜਰੂਰ ਕਰੋ ਤਾਂ ਕਿ ਤੁਹਾਨੂੰ ਅਪਡੇਟ ਜਿਹੜੀ ਆ ਉਹ ਮਿਲਦੀ ਰਹੇ ਆ ਤੁਸੀਂ ਦੇਖ ਰਹੇ ਹੋ ਕਿ ਜਗਾ ਜਗਾ ਤੇ ਜਿਹੜੇ ਫੁੱਲ ਆ ਉਹ ਇਹ ਬੇਲ ਦੇ ਉੱਤੇ ਇਹ ਲੱਗੇ ਹੋਏ ਆ ਸੋ ਇਸ ਬੇਲ ਨੂੰ ਕੋਈ ਬਹੁਤਾ ਜ਼ਿਆਦਾ ਅਸੀਂ ਚੀਜ਼ ਜਿਹੜੀ ਉਹ ਨਹੀਂ ਪਾਈ ਇੱਕ ਤਰ੍ਹਾਂ ਦੀ ਆਰਗੈਨਿਕ ਇਹ ਜਿਹੜੀ ਆ ਕੀ ਆ ਇਸ ਤੋਂ ਸਾਨੂੰ ਇਹ ਇਹ ਮਿਲ ਰਹੀਆਂ ਸੋ ਇਹਦੀ ਜਿਹੜੀ ਜੜ੍ਹ ਹੈ ਉਹ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤੇ ਜਿਹੜਾ ਨੁਸਖਾ ਹੈ ਉਹ ਇੱਕ ਸਿੰਪਲ ਜਿਹਾ ਨੁਸਖਾ ਇਹ ਆ ਕਿ ਅਸੀਂ ਇੱਕ ਜਿਹੜੀ ਡਿਸਪਰੀਨ ਦੀ ਗੋਲੀ ਆ ਡਿਸਪਰੀਨ ਕਹਿ ਲੋ ਜਾਂ ਐਸਪਰੀਨ ਦੀ ਗੋਲੀ ਆ ਉਹ ਅਸੀਂ ਲੈ ਲੈਣੀ ਆ ਤੇ ਉਹਨੂੰ ਅਸੀਂ 1 ਲੀਟਰ ਪਾਣੀ ਦੇ ਵਿੱਚ ਸਿੱਟ ਕੇ ਉਹਨੂੰ ਘੋਲ ਲੈਣਾ ਉਹ ਤੇ ਆਪਣੇ ਆਪ ਜਿਹੜੀ ਇਹ ਡਿਸਪਰੀਨ ਦੀ ਗੋਲੀ ਆ ਇਹ ਘੁਲਣਸ਼ੀਲ ਆ ਘੁਲ ਜਾਂਦੀ ਆ ਸੋ ਉਸ ਡਿਸਪਰੀਨ ਦੀ ਗੋਲੀ ਜਦੋਂ ਘੁਲ ਗਈ ਤਾਂ ਤੁਹਾਨੂੰ ਅੱਗੇ ਇਹ ਜੜ ਜਿਹੜੀ ਹੈਗੀ ਐ ਇਸ ਬੇਲ ਦੀ ਉਹ ਵੀ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਸੋ ਉਹਦੀ ਜੜ ਦੇ ਵਿੱਚ ਉਹ ਜਿਹੜੀ ਡਿਸਪਰੀਨ ਦਾ 1 ਲੀਟਰ ਦੇ ਵਿੱਚ ਜਿਹੜੀ ਗੋਲੀ ਘੋਲੀ ਹੋਈ ਹੈ ਉਹਦਾ ਪਾਣੀ ਜਿਹੜਾ ਪਾ ਕੇ ਤੇ ਅਸੀਂ ਉਹਦੀ ਜੜ ਦੇ ਵਿੱਚ ਉਹ ਉਸ ਨੂੰ ਪਾ ਦੇਣਾ ਹੈਗਾ ਆ ਤੇ ਉਹ ਉਹ ਜੜ੍ਹਾਂ ਹੀ ਜਿਹੜੀ ਜਾੜਾ ਉਹ ਉਸ ਉਸ ਪਾਣੀ ਨੂੰ ਸੋਖ ਲੈਂਦੀ ਆ ਤੇ ਉਹਦੇ ਨਾਲ ਐਡਾ ਇੱਕ ਵੱਧ ਅਸਰ ਹੁੰਦਾ ਕਿ ਇੱਕਦਾਂ ਤੁਹਾਡੇ ਜਿਹੜੇ ਫੁੱਲ ਆ ਉਹ ਜਿਵੇਂ ਸੁੱਕ ਜਾਂਦੇ ਆ ਤੇ ਅੱਗੇ ਜਿਹੜਾ ਆ ਉਸ ਨੂੰ ਫਲ ਪੈਂਦਾ ਨਹੀਂ ਸੋ ਉਹ ਜਿਹੜਾ ਡਿਸਪਰੀਨ ਦੀ ਗੋਲੀ ਦੇ ਨਾਲ ਉਹ ਤੁਹਾਡਾ ਜਿਹੜਾ ਫਾਲਾ ਉਹ ਉਹ ਸੁੱਕੇਗਾ ਨਹੀਂ ਤੇ ਪੂਰਾ ਉਸ ਨੂੰ ਅੱਗੇ ਜਿਹੜਾ ਫਾਲਾ ਓਹ ਬਰਾਬਰ ਉਹ ਪਵੇਗਾ ਸੋ ਆ ਦੇਖੋ ਆਪਾਂ ਕੋਸ਼ਿਸ਼ ਕਰਦੇ ਆ ਕਿ ਲੱਭਦੇ ਆ ਕਿ ਕਿੱਥੇ ਇੱਕ ਇਹਦੀ ਜੜ ਹੈਗੀ ਆ ਆ ਦੇਖੋ ਜੜ ਇਹ ਤੁਹਾਨੂੰ ਦਿਖ ਰਹੀ ਆ ਇਹ ਜੜ ਦੇ ਵਿੱਚ ਤੁਸੀਂ ਉਹ ਡਿਸਪਰੀਨ ਦੀ ਜੀ ਗੋਲੀ ਦਾ ਪਾਣੀ ਆ ਉਹ ਪਾ ਦੇਣਾ ਤੇ ਇਹ ਤੁਸੀਂ ਉਦੋਂ ਪਾਉਣਾ ਆ ਜਦੋਂ ਤੁਹਾਡਾ ਮਤਲਬ ਕਿ ਕੋਈ ਕੋਈ ਫੁੱਲ ਬੇਲ ਨੂੰ ਆਣਾ ਜਿਹੜਾ ਆ ਉਹ ਸਟਾਰਟ ਹੋ ਜਾਵੇ ਤੇ ਉਸ ਤੋਂ ਪਹਿਲਾਂ ਇਹ ਇਹ ਚੀਜ਼ ਨਹੀਂ ਪਾਉਣਾ ਪਹਿਲਾਂ ਰੁਟੀਨ ਦੇ ਵਿੱਚ ਜਿਵੇਂ ਤੁਸੀਂ ਕੋਈ ਦੇਸੀ ਖਾਦ ਜਾਂ ਤੁਸੀਂ ਜੋ ਵੀ ਤੁਸੀਂ ਪਾਉਣਾ ਚਾਹੁੰਦੇ ਆ ਕੋਈ ਡਾਈ ਥੋੜੀ ਬਹੁਤ ਪਾ ਸਕਦੇ ਆ ਤੇ ਉਸ ਤੇ ਹਿਸਾਬ ਦੇ ਨਾਲ ਤੇ ਜਾਂ ਕੋਈ ਇਹਨੂੰ ਫੰਗੀਸਾਈਡ ਜਿਹੜੀ ਕੋਈ ਦਵਾਈ ਆ ਤੁਸੀਂ ਉਹਦਾ ਵੀ ਸਪਰੇਅ ਕਰ ਸਕਦੇ ਆ ਜੇ ਤੁਸੀਂ ਬਿਲਕੁਲ ਇਸ ਨੂੰ ਆਰਗੈਨਿਕ ਰੱਖਣਾ ਚਾਹੁੰਦੇ ਆ ਤਾਂ ਲੱਸੀ ਜਿਹੜੀ ਹੁੰਦੀ ਆ ਸਾਡੇ ਕੋਲ ਪੰਜ ਚਾਰ ਦਿਨ ਦੀ ਲੱਸੀ ਪਈ ਆ ਉਹਦੇ ਵਿੱਚ ਪਾਣੀ ਪਾ ਕੇ ਬਹੁਤ ਹਲਕੀ ਉਹਨੂੰ ਕਰਕੇ ਉਹਦਾ ਵੀ ਛੜਕਾ ਕਰ ਸਕਦੇ ਆ ਸੋ ਬਹੁਤ ਹੀ ਵੱਧ ਪੈਦਾਵਾਰ ਤੁਸੀਂ ਇਸ ਨਾਲ ਲੈ ਸਕਦੇ ਹੋ